अस्सलाम वालेकुम जी आयां नूं और सारे जिहड़े साडे व्यूअर्स ने साडे जिहड़े इस प्रोग्राम नाल नूं पसंद करन वाले ने तुहानूं सारिआं नूं असीं ईद मुबारक कहिंदे आं। जनाब असीं अज जिहड़ी तोहफतन सारे मुसलमानों नूं ईद मिलदी तुहाडे वास्ते तोहफा लैके आए हां। अज साडे कोल इत्थे जिहड़े मेहमान ने उह साडी स्पैशली जिहड़ी नौजवान नस्ल है उहनां वास्ते इक तोहफा ने इत्थे जी मौजूद ने अज अजहर। अजहर तुहानूं बहुत खुश आमदीद। इन्हां दे नाल मौजूद ने जी ताहिर अजहर अली खान ते ताहिर हुसैन। ये की करदे ने उह तुहानूं अंदाजा हो ही गया होणा, बाकी इन्हां दी जबान ही पुछने आ। सब तों पहलां तुहानूं ईद मुबारक जी, बहुत बहुत तुहानूं वी खैर मुबारक। ताहिर ईद मुबारक, बड़े मजे का कलर पाया तुसी। अच्छा अजय तुहाडे तों गल शुरू करने आ, तुहाडा अपना एक बैंड है जी, तुसी सिंगर हो जी, जी ठीक है। बैंड दा नाम की? साडे बैंड दा नाम यलधर्म। यलधर्म की मतलब होंदा इहदा? यलधर्म दा मतलब है आर्मी दी बटालियन। अच्छा, आर्मी दी बटालियन दा मतलब कड़कती हुई बिजली। वाह, उस नाल इंस्पायर होके असीं रखे अपने बैंड दा नाम। अच्छा जी, जी। अच्छा किन्ने रखे? ये मतलब समझ लो कि मिक्स ही रखे हैं, ताहिर ते मैं दोनों मिक्स। अच्छा तो आड़े को स्टोरी में पूछांगी कि ताहिर और इना तो अलावा बैंड च कितने लोग ने, वो तुसी इन इन जड़ी वीडियो आजकल चल रही है वो भी देखोगे तो अंदाजा हो जाएगा कितने दोस्त ने। मैं सब तो पहला चाहनी हूं कि तुसी वतन दे नाम कुछ पेश करो साडे जड़े व्यूअर्स ने उन्हां वास्ते, फिर गल नूं अगे वधावांगे जी। अजहर की सुनाओगे? साडा वीडियो जिहड़ा मेरे ख्याल से ऑडियंस जितनी भी सारा उन्होंने तकिया हुआ सी, इस वतन दी शान टाइटल है उसका। अच्छा, तो सब तो पहले मैं चाहूंगा कोई सुन। बिल्कुल जी, पेश करो फिर आगे गल बताने हैं। इस वतन की है शान, इस वतन के जवान, इस वतन की है शान, इस वतन चांद तारे कमान, इस देश की इस मट्टी पे माओ ने लखते जिगर दे दिए, खुद को मिटा कर बचाया हमें, ऊंचा रखा चांद तारे कमान। प्यारे नाम पाक जगह दे नाल सी शुरू कीता जनाब। अच्छा अजर, हुण तुसी दसो किथे पैदा होए?
ਪੈਦਾ ਤੇ ਮੈਂ ਰਾਉਲਪਿੰਡੀ। ਅੱਛਾ ਜੀ, ਤੁਹਾਡੇ ਫੈਮਿਲੀ ਦਾ ਤਾਲੁਕ ਕਿਹੜੇ ਇਲਾਕੇ ਨਾਲ? ਪਿੰਡੀ ਨਾਲ। ਸੀ ਬੈਕਗ੍ਰਾਉਂਡ ਨਾਰਦਰਨ ਏਰੀਆ ਸਕਰਦੋ। ਅੱਛਾ, ਤੁਸੀਂ ਨਾਰਦਰਨ ਏਰੀਆਸ ਤੋਂ? ਕਿੱਥੇ ਦੇ? ਸਕਰਦੋ। ਸਕਰਦੋ ਦੇ ਵਾਲਿਦ ਸਾਹਿਬ ਦੀ ਨੌਕਰੀ ਸੀ ਇੱਥੇ? ਨਹੀਂ, ਵਾਲਿਦ ਸਾਹਿਬ ਇੱਧਰ ਹੀ ਨੌਕਰੀ ਸੀ, ਲੇਕਿਨ ਪੈਦਾਈ ਜਿਹੜੀ ਸਾਡੇ ਜਿਹੜੇ ਦਾਦਾ ਨੇ ਉਹਨਾਂ ਦੀ ਪੈਦਾਈ ਜਿਹੜੀ ਉਹ ਸਕਰਦੋ। ਅੱਛਾ, ਲੇਕਿਨ ਮੈਂ ਵੀ ਪੈਦਾਇਸ਼ ਉਹ ਵੀ ਰਾਉਲਪਿੰਡੀ ਹੈ, ਵਾਲਿਦ ਸਾਹਿਬ ਵੀ ਰਾਉਲਪਿੰਡੀ, ਬੈਕ ਸਾਈਡ ਜਿਹੜੀ ਸਾਰੀ ਉਹ ਸਕਰਦੋ ਦੀ। ਅੱਛਾ, ਸਕਰਦੋ ਕਿਹੜੀ ਬੋਲੀ ਬੋਲੀ ਜਾਂਦੀ ਹੈ? ਬਰਖੀ, ਬਲਤੀ, ਸ਼ੀਨਾ? ਬਲਤਿਸਤਾਨੀ। ਬਲਤਿਸਤਾਨੀ, ਬਲਤੀ ਬੋਲੀ ਜਾਂਦੀ। ਤੁਹਾਨੂੰ ਆਉਂਦੀ? ਬਸ ਥੋੜ੍ਹੀ ਬਹੁਤੀ ਬਸ। ਅੱਛਾ, ਹੁਣ ਦੱਸੋ ਜੀ ਆਪਣੇ ਬਚਪਨ ਬਾਰੇ ਕੁਛ, ਕਿੱਥੇ ਪੜ੍ਹੇ ਹੋ, ਕੀ ਕੀਤਾ ਹੈ, ਮਿਊਜ਼ਿਕ ਵੱਲ ਕਿਵੇਂ ਆਏ ਹੋ? ਬਸ ਸ਼ੌਕ ਸੀ ਸਭ ਤੋਂ ਪਹਿਲੇ, ਇਸ ਨਾਲ ਸ਼ੌਕ ਹੀ ਹੁੰਦਾ ਤੇ ਸਭ ਤੋਂ ਪਹਿਲੇ ਬੰਦਾ ਆਉਂਦਾ। ਨਹੀਂ ਨਹੀਂ, ਸ਼ੌਕ ਕਿਵੇਂ ਪਤਾ ਲੱਗਾ? ਕਿੰਨੇ ਸੋ ਕਿਤਨੀ ਉਮਰ ਦੱਸੋ? ਮਤਲਬ ਇੱਕ ਸਮਝ ਲਓ ਕਿ ਸਕੂਲ ਜਾਣਾ ਸਾ ਲਪਿਆਤੀ ਸਭ ਤੋਂ ਪਹਿਲੇ ਸਟਾਰਟ ਕੀਤੀ, ਉਸ ਵਿੱਚ ਮੈਂ ਪ੍ਰਿੰਸੀਪਲ ਸਾਹਿਬ ਸਾਨੂੰ ਇਨਵੋਲਵ ਕਰਦੇ ਸਨ ਅਸੈਂਬਲੀ, ਆਵਾਜ਼ ਹੀ ਵਹਿਤੋਂ। ਫਿਰ ਲੋਕਾਂ ਨੇ ਕਿਹਾ ਕਿ ਤੁਸੀਂ ਸ਼ੋਬੀ ਵਾਲੀ ਸਾਈਡ ਤੇ, ਸਿੰਗਿੰਗ ਵਾਲੀ ਸਾਈਡ ਤੇ ਆਓ। ਉਧਰੋਂ ਸ਼ੌਕ ਪਿਆ ਨਾ ਤਾਂ ਸ਼ੁਰੂ ਤੋਂ ਪੜ੍ਹਨਾ ਸੀ ਸਕੂਲ ਵਾਲੀ ਸਾਈਡ, ਸਕੂਲ ਪੜ੍ਹਨਾ, ਉਸ ਤੋਂ ਬਾਅਦ ਕਾਲਜ ਵਾਲੀ ਲਾਈਫ, ਉਸ ਦੀ ਵੀ ਪਾਰਟੀਸਪੇਟ ਕਰਨਾ। ਕਿੱਥੇ ਕਿਹੜੇ ਕਾਲਜ ਪੜ੍ਹੇ? ਗਾਰਡਨ ਕਾਲਜ। ਗਾਰਡਨ ਕਾਲਜ ਵਿੱਚ? ਅੱਛਾ, ਕੀ ਗ੍ਰੈਜੂਏਸ਼ਨ ਕੀਤਾ ਤੁਸੀਂ? ਜੀ, ਗ੍ਰੈਜੂਏਸ਼ਨ। ਅੱਛਾ, ਕਿਉਂਕਿ ਮੌਸੀਕੀ ਵੱਲ ਕਹਿੰਦੇ ਨੇ ਜਾਂ ਕੋਈ ਵੀ ਕ੍ਰੀਏਟਿਵ ਫੀਲਡ ਵੱਲ ਬੰਦਾ ਆਵੇ ਤੇ ਜਿਹੜੀ ਨਿਸਾਬੀ ਤਾਲੀਮ ਹੁੰਦੀ ਹੈ ਬੜੀ ਸਾਨਵੀ ਜੀ ਹੋ ਜਾਂਦੀ, ਬੰਦਾ ਕਹਿੰਦਾ ਯਾਰ ਪੜ੍ਹਨ ਦੀ ਕੀ ਲੋੜ ਹੈ, ਮਸ਼ਹੂਰੀ ਮਿਲ ਗਈ ਹੈ। ਤੇ ਤੁਸੀਂ ਕਿਹੜੀ ਉਮਰ ਵਿੱਚ ਪਬਲਿਕ ਦੇ ਸਾਹਮਣੇ ਆਏ ਹੋ ਗਾਣ ਵਾਸਤੇ? ਇਹ ਤਾਂ ਕੋਈ ਸਹੀ ਤਰ੍ਹਾਂ ਕਨਫਰਮ ਨਹੀਂ, ਲੇਕਿਨ ਸਾਨੂੰ ਹੋ ਗਏ ਨੇ ਮਤਲਬ ਸ਼ੋਬਿਸ ਤੋਂ ਮੇਰੇ ਨਾਲ ਰਿਲੇਟਡ ਮੈਂ 10 ਸਾਲ ਹੋ ਗਏ ਨੇ। ਅਤੇ ਮੇਰੇ ਖਿਆਲ ਤੁਸੀਂ ਫਿਰ ਬੈਕ ਸਾਈਡ ਚਲੇ ਜਾਓ ਤਾਂ ਕਾਫੀ ਇਤਨੇ ਸ਼ੋਜ਼ ਵਗੈਰਾ ਕਾਫੀ ਪਾਰਟੀਸਪੇਟ ਕੀਤੇ ਨੇ 10 ਸਾਲ ਪਹਿਲੇ ਲਾ ਲਓ। ਅੱਛਾ, 10 ਸਾਲ ਪਹਿਲਾਂ ਤੋਂ? ਨਹੀਂ, ਮੈਂ ਬੜੀ ਤਰਤੀਬ ਬਾਰ ਚੱਲ ਰਹੀ ਹਾਂ, ਹਾਲੇ ਬਹੁਤ ਟਾਈਮ ਹੈ ਸਾਡੇ ਕੋਲ। ਮੈਂ ਪੁੱਛ ਰਹੀ ਹਾਂ ਕਿ ਤੁਸੀਂ ਕਾਲਜ ਖਤਮ ਕਰਕੇ ਫਿਰ ਮੌਸੀਕੀ ਵੱਲ ਪ੍ਰੋਪਰ ਤੁਸੀਂ? ਕਾਲਜ ਦਾ ਪੜ੍ਹਾਈ ਤਾਂ ਅਜੇ ਵੀ ਹੋ ਰਹੀ ਹੈ, ਲੇਕਿਨ ਪ੍ਰਾਈਵੇਟ ਕਰ ਰਿਹਾ ਮੈਂ। ਅੱਛਾ, ਕੀ ਕਰ ਰਹੇ ਹੋ ਅੱਜ ਕੱਲ੍ਹ? ਮੈਂ ਇਲਾਮਿਕ ਯੂਨੀਵਰਸਿਟੀ ਤੋਂ ਕਰ ਰਿਹਾ ਮਾਸਟਰਸ ਕਰ ਰਿਹਾ। ਕਿਹੜੀ ਸਬਜੈਕਟ ਵਿੱਚ? ਸਬਜੈਕਟ ਜਿਹੜੇ ਨੇ ਉਹ ਇਕਨੋਮਿਕਸ ਹੈ। ਇਕਨੋਮਿਕਸ? ਜੀ, ਇਕਨੋਮਿਕਸ। ਅੱਛਾ, ਬੜਾ ਮੁਸ਼ਕਲ ਜਿਹਾ ਸਬਜੈਕਟ। ਹੁਣ ਦੱਸੋ ਕਿ ਤੁਸੀਂ ਜਿਸਲੇ ਮੌਸੀਕੀ ਨੂੰ ਐਜ਼ ਅ ਪ੍ਰੋਫੈਸ਼ਨ ਅਪਣਾ ਲਿਆ, ਹੁਣ ਪੱਕਾ ਪੱਕਾ ਜਾਂ ਹੋਰ ਵੀ ਕੁਝ ਕਰਦੇ ਹੋ? ਨਹੀਂ, ਪ੍ਰੋਫੈਸ਼ਨ ਇਹ ਤੇ ਹਵਾਈ ਰੋਜ਼ੀ ਹੈ, ਉਹੀ ਉਹੀ ਨਾ ਹੋਈ ਕੁਝ ਕਰਨਾ ਹੈ ਇਸ ਵਿੱਚ, ਮਤਲਬ ਵੇਤ ਨਹੀਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਕਾਰਨ ਕੁਝ ਸੋਚਿਆ ਖੁਆਬ ਵਗੈਰਾ ਕਿ ਐਲਬਮ ਕੁਝ ਕਰਨੀ ਹੈ, ਜਿਸ ਤਰ੍ਹਾਂ ਫਸਟ ਸੌਂਗ ਕੀਤਾ ਇਸ ਤਰ੍ਹਾਂ ਕੁਝ ਇਨਸ਼ਾਅੱਲਾ ਕੁਝ। ਤੁਹਾਡੀ ਜਿਹੜੀ ਫਸਟ ਸੌਂਗ ਹੈ, ਤੁਹਾਡੀ ਵੀਡੀਓ ਹੈ, ਉਸ ਵੱਲ ਵੀ ਮੈਂ ਆਉਂਦੀ ਹਾਂ। ਪਹਿਲਾਂ ਮੈਂ ਤੁਹਾਡੀ ਲਾਈਫ ਹਿਸਟਰੀ ਨਾਲ ਨਾਲ ਪੁੱਛ ਲਵਾਂ। ਅੱਛਾ, ਤੁਸੀਂ ਇਕੱਲੇ ਸੋ, ਇਹ ਕਾਰਵਾਂ ਕਿਸ ਤਰ੍ਹਾਂ ਇਕੱਠਾ ਕੀਤਾ ਹੈ? ਤਾਇਰ ਦੇ ਨਾਲ ਦੂਸਰੇ ਦੋਸਤ, ਕਿੰਨੇ ਦੋਸਤ ਹੋ? ਦੋਸਤ ਬਸ ਮੇਨ ਤਾਂ ਮੇਰਾ ਤਾਇਰ ਹੀ ਹੈ, ਬਚਪਨ ਦੇ ਦੋਸਤ ਹੁਸਨ, ਲੇਕਿਨ ਇਸ ਤਰ੍ਹਾਂ ਕਿ ਤਾਇਰ ਵੀ ਲੱਗਦਾ ਆਪਣਾ ਪ੍ਰੋਗਰਾਮ ਕਰਦਾ ਸੀ, ਮਨ ਵੀ ਸ਼ੌਕ ਸੀ, ਅਤੇ ਫੰਕਸ਼ਨ ਵਿੱਚ ਅਸੀਂ ਮਿਲ ਗਏ ਅਤੇ ਸੋਚਿਆ ਇੱਕ ਬੈਂਡ ਬਣਾਈ। ਅੱਛਾ, ਇਹ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ? ਮੈਂ 8-10 ਸਾਲ ਹੋ ਗਏ ਨੇ ਮੈਂ। ਅਤੇ ਫਿਰ ਹੁਣ ਬੈਂਡ ਵਿੱਚ ਕੀ ਹੈ? ਇੱਕ ਤਾਂ ਕੀਬੋਰਡ ਹੋ ਗਿਆ, ਤਾਇਰ ਹੋ ਗਿਆ, ਹੋਰ? ਕੀਬੋਰਡ ਹੈ ਸਾਡਾ, ਗਿਟਾਰਿਸਟ ਹੈ ਸਾਜਿਦ ਨਾਮ ਸਰ। ਅੱਛਾ, ਉਹ ਡਰਮਰ ਨੇ? ਡਰਮਰ ਨੇ ਜੀ, ਔਰ ਢੋਲਕ ਵਾਲਾ ਸਾਡਾ ਮੁੰਡਾ ਉਹ ਨੇ। ਰਿਦਮ? ਰਿਦਮ। ਅੱਛਾ, ਰਿਦਮ ਡਰਮ ਤੇ ਹੀ ਆਉਂਦਾ ਨਾ? ਰਿਦਮ ਡਰਮ ਤੇ ਆ ਜਾਂਦਾ, ਤਬਲਾ ਅਲੱਗ ਨਹੀਂ? ਢੋਲਕ ਸਿਰ ਰੱਖਿਆ। ਅੱਛਾ, ਢੋਲਕ ਰੱਖਨੇ ਹੋ ਤੁਸੀਂ? ਉਹ ਆਪਸ਼ਨਲ ਹੁੰਦਾ ਨਾ ਕੁਝ ਲੋਕੀ ਢੋਲਕ, ਲੇਕਿਨ ਅਸੀਂ ਢੋਲਕ ਰੱਖਨੇ ਆ, ਜ਼ਰਾ ਫਾਸਟ ਕਮ, ਜ਼ਰਾ ਬੈਂਡ ਰੱਖਨੇ। ਹਾਂ ਜੀ। ਅੱਛਾ, ਫਾਸਟ ਦੀ ਗੱਲ ਹੋ ਰਹੀ ਹੈ ਨਾ, ਖੁਸ਼ੀ ਦਾ ਮੌਕਾ, ਕੋ ਫਾਸਟ ਇੱਕ ਸੌਂਗ ਸੁਣਾਓ ਨਾ, ਫਿਰ ਫਾਸਟ ਫਾਸਟ ਫਾਰਵਰਡ ਕਰਕੇ ਗੱਲਾਂ ਕਰੀਏ। ਫਾਸਟ ਹੀ ਕਰਨਾ ਜੀ, ਤਾਇਰ ਕੋਈ ਮਸ਼ਵਰਾ ਦਿਓ ਕੀ ਸੁਣਾਣ। ਬਿਲਕੁਲ, ਤੁਹਾਨੂੰ ਪੰਜਾਬੀ ਚ ਇੱਕ ਅਸੀਂ ਬਰਾਬਰ ਲੱਗਦਾ ਇੱਕ ਸੌਂਗ ਪੰਜਾਬੀ ਦਾ। ਅੱਛਾ, ਹਾਂ, ਬੜੇ ਅੱਛੇ ਪੰਜਾਬੀ ਦੇ ਸਿੰਗਰ ਨੇ। ਅੱਛਾ, ਬੜੇ ਅੱਛੇ ਪੰਜਾਬੀ। ਤੁਸੀਂ ਦੱਸੋ ਨਾ ਅਜ਼ਹਰ ਦੀ ਸਿੰਗਿੰਗ ਦੇ ਬਾਰੇ ਵਿੱਚ ਕਿ ਤੁਸੀਂ 8-10 ਸਾਲ ਪਹਿਲਾਂ ਇਹਨਾਂ ਨੂੰ ਜੁਆਇਨ ਕੀਤਾ, ਤੇ ਤੁਹਾਡਾ ਕੀ ਖਿਆਲ ਸੀ ਕਿ ਇਹ ਅੱਛੇ ਸਿੰਗਰ ਹਨ, ਇਹਨਾਂ ਨੂੰ ਜੁਆਇਨ ਕਰ ਲੈਣਾ ਚਾਹੀਦਾ? ਕਿਉਂਕਿ ਤੁਸੀਂ ਤਾਂ ਬਹੁਤ ਸਾਰੇ ਸਿੰਗਰਸ ਦੇ ਪਿੱਛੇ ਵਜਾਉਂਦੇ ਰਹੋ ਨੇ। ਜੀ ਜੀ, ਬਿਲਕੁਲ, ਵਜਾ ਵੀ ਰਹੇ ਹਾਂ ਤੇ ਕਰ ਵੀ ਰਹੇ ਹਾਂ। ਅਸੀਂ ਐਕਚੁਅਲੀ ਅਸੀਂ ਇੱਕ ਪ੍ਰੋਗਰਾਮ ਤੇ ਸੀ, ਪ੍ਰੋਗਰਾਮ ਤੇ ਉੱਥੇ ਅਜ਼ਹਰ ਨਾਲ ਮੁਲਾਕਾਤ ਹੋਈ, ਤੇ ਮਾਸ਼ਾਅੱਲਾ ਬੜਾ ਅੱਛਾ ਗਾਉਂਦੇ ਨੇ, ਤੇ ਅਸੀਂ ਫਿਰ ਮਿਲ ਕੇ ਇੱਕ ਸੋਚਿਆ ਕਿ ਇੱਕ ਜੇ ਬੈਂਡ ਦੀ ਸੂਰਤ 'ਚ, ਤੇ ਫਿਰ ਬਸ ਇਸ ਤਰ੍ਹਾਂ ਮਿਲ ਕੇ ਅੰਡਰਸਟੈਂਡਿੰਗ ਕੀਤੀ। ਅੰਡਰਸਟੈਂਡਿੰਗ ਜ਼ਾਹਿਰ ਹੈ, ਅੰਡਰਸਟੈਂਡਿੰਗ ਦੇ ਬਗੈਰ ਤੁਹਾਨੂੰ ਪਤਾ ਨਹੀਂ ਹੋ ਸਕਦਾ। ਉਹ ਫਿਰ ਅਸੀਂ ਥੋੜ੍ਹੇ ਜਿਹੇ ਕੋਈ ਪ੍ਰੈਕਟਿਸ ਕੀਤੀ, ਤੇ ਫੰਕਸ਼ਨ ਤੇ ਲੋਕਾਂ ਨੇ ਸਾਨੂੰ ਦੇਖਿਆ, ਉਹਨਾਂ ਨੇ ਕਿਹਾ ਕਿ ਇਹ ਤੇ ਅੱਛਾ ਕੰਬੀਨੇਸ਼ਨ ਹੈ। ਅੱਛਾ, ਪਰ ਬਸ ਅਸੀਂ ਮਿਲ ਕੇ ਮਾਸ਼ਾਅੱਲਾ ਬੈਂਡ ਕੀਤਾ ਇੱਕ ਤਾਂ, ਔਰ ਕਾਮਯਾਬ ਜਾ ਰਹੇ ਹੋ। ਇਸ ਦੇ ਬਾਰੇ ਮੈਂ ਕਰ ਰਹੇ ਸੀ ਆਪਣਾ ਐਲਬਮ ਤੇ, ਇਸ ਐਲਬਮ ਤੇ ਮੈਂ ਆਵਾਂਗੀ। ਤੁਸੀਂ ਅਬਰਾਰ ਦਾ ਕੋਈ ਗਾਣਾ ਦੱਸ ਦੱਸੋ, ਕਿਹੜਾ ਗਾਣਾ ਗਾਓਗੇ ਜੀ? ਕਿਹੜਾ ਪੇਸ਼ ਕਰੋ। ਨੱਚਾਂ ਮੈਂ ਉਹਦੇ ਨਾਲ ਨਾਲ ਜਿਹਦੇ ਲੰਮੇ ਲੰਮੇ ਵਾਲ ਵਾ, ਜੇ ਨਾਲ ਪਟੋਲੇ ਵਰਗੀ ਲੱਭਦੀ ਏ। ਨਜ਼ਰਾਂ ਨੂੰ ਕਰ ਗਈ ਯਾਰ ਪਾਰ, ਮੇਰਾ ਦਿਲ ਪਿਆ ਡੋਲੀ ਬਾਰ ਬਾਰ, ਜੇ ਚੀਜ਼ ਪਟਾਕੇ ਵਰਗੀ ਲੱਭਦੀ ਏ।
छोड़िया ने मार सुतिया शादी वर्गी रोटी लेके तेरे ते नहीं आई तू ऐसे गल गल बेबे खोलो तौन नहीं पढ़वाई तू चाचे नू शकैत मेरी केड़ी गल लाई तू सारे लोग मैनू कहते मुंडा ए हर जाए तेन केड़ी गल का माण ओ के तू वरदान तेरा वा चला सम ऐदर राम जाजणिए निगिदा पाम जाजणिए ऐदर राम जाजणिए निगिदा पाम जाजणिए नौजवान नस्ल की नुमाइंदगी करते हैं जो सिंगिंग अजकल बहुत स्ट्रगलिंग पीरियड और इन्होंने बहुत सारी गुफ्तगू करनी है लेकिन इस ब्रेक तो बाद